27 ਤਰੀਕ ਤੋਂ ਲੈ ਕੇ 1 ਜੁਲਾਈ ਤੱਕ ਜਿਹੜੇ ਜ਼ੋਨਸ ਆ ਉਹਨਾਂ ਦੇ ਆਬਜੈਕਸ਼ਨ ਅਸੀਂ 27 ਜੂਨ ਤੋਂ ਲੈ ਕੇ 1 ਜੁਲਾਈ ਤੱਕ ਅਸੀਂ ਆਬਜੈਕਸ਼ਨਸ ਅਸੀਂ ਮੰਗਾਂਗੇ ਤੇ ਜਿਹੜੇ ਆਬਜੈਕਸ਼ਨ ਦੇ ਉੱਪਰ ਡਿਸੀਜਨਸ ਹੈ ਉਹ 2 ਤਰੀਕ ਨੂੰ ਮੁਕੰਮਲ ਹੋ ਜਾਣਗੇ ਤੇ 3 ਤਰੀਕ ਨੂੰ ਜ਼ੋਨਸ ਨੋਟੀਫਾਈ ਹੋ ਜਾਣਗੇ ਸਾਰੇ ਪੰਜਾਬ ਦੇ ਔਰ 4 ਤਰੀਕ ਤੋਂ ਲੈ ਕੇ 11 ਤਰੀਕ ਤੱਕ 7 ਦਿਨ ਦੇ ਵਿੱਚ ਸਾਰੇ ਬੰਦੇ ਆਪਣੀ ਆਨਲਾਈਨ ਐਪਲੀਕੇਸ਼ਨ ਫਾਰ ਟ੍ਰਾਂਸਫਰ ਅਪਲਾਈ ਕਰ ਸਕਣਗੇ ਤੇ 12 ਤਰੀਕ ਨੂੰ ਅਸੀਂ ਜਦੋਂ 11 ਤਰੀਕ ਨੂੰ ਮੁਕੰਮਲ ਹੋ ਗਿਆ 12 ਤਰੀਕ ਨੂੰ ਜਿੰਨੀਆਂ ਐਪਲੀਕੇਸ਼ਨਾਂ ਪਹਿਲੇ 7 ਦਿਨ ਚਾਣਗੀਆਂ ਫਰੋਮ 4th ਜੁਲਾਈ ਟੂ 11th ਜੁਲਾਈ 12 ਜੁਲਾਈ ਨੂੰ ਅਸੀਂ ਉਹ ਸਾਰੇ ਆਰਡਰਸ ਨੂੰ ਇਸ਼ੂ ਕਰ ਦਾਂਗੇ ਤਾਂ ਕਿ 13 ਤਰੀਕ ਤੱਕ ਦੁਬਾਰਾ ਸੈਕਿੰਡ ਰਾਊਂਡ ਅਸੀਂ ਨੋਟੀਫਾਈ ਕਰ ਸਕੀਏ ਕਿ ਆਹ ਵਾਲੀਆਂ ਸੀਟਾਂ ਸਾਡੇ ਕੋਲ ਦੁਬਾਰਾ ਵੇਕੈਂਟ ਆ ਗਈਆਂ 15 ਤੋਂ ਲੈ ਕੇ 22 ਤੱਕ ਅਸੀਂ ਸੈਕਿੰਡ ਰਾਊਂਡ ਆਫ ਟ੍ਰਾਂਸਫਰਸ ਦੀ ਐਪਲੀਕੇਸ਼ਨ ਨੂੰ ਅਸੀਂ ਸੀਕ ਕਰਾਂਗੇ ਲੋਕਾਂ ਤੋਂ ਵੈਸੇ ਅਸੀਂ ਇਸ ਗੱਲ ਨੂੰ ਫੋਕਸ ਰੱਖਾਂਗੇ ਪਹਿਲਾਂ ਤੋਂ ਹੀ ਕਿ ਕਿਹੜੇ ਕਿਹੜੇ ਪੂਰੇ ਸਬਸੀਕੁਐਂਟ ਈਅਰ ਦੇ ਵਿੱਚ ਟੀਚਰਸ ਕਿੱਥੇ ਰਿਟਾਇਰ ਹੋ ਰਹੇ ਹੈ ਔਰ ਉਹ ਟੀਚਰ ਵੱਡੀਆਂ ਕਲਾਸਾਂ ਨੂੰ ਪੜ੍ਹਾ ਰਹੇ ਤਾਂ ਕਿ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਦਿੱਕਤ ਨਾ ਆਵੇ ਵੀ ਵਿਲ ਟਰਾਈ ਟੂ ਕੀਪ ਦੈਟ ਆਲਸੋ ਇਨ ਦੈਟ ਬਟ ਲੇਕਿਨ ਲਾਰਜਰ ਲੈਵਲ ਦੇ ਉੱਪਰ ਅਸੀਂ ਇਸ ਪਾਲਿਸੀ ਨੂੰ ਇਸ ਗੱਲਾਂ ਇਹ ਸਾਰੀਆਂ ਗੱਲਾਂ ਤੱਕ ਸੀਮਿਤ ਰੱਖਿਆ ਹੈ